ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਇੱਦਾਂ ਤੁਸੀਂ ਦੂਸਰੇ ਚੈਨਲ 'ਤੇ ਆਪਣੀ ਵੀਡੀਓ ਵੇਖ ਲਈ ਹੋਊਗੀ। ਇਹਦੀ ਆਪਣਾ ਚੈਨਸੋ ਅਡੈਪਟਰ ਹੈ ਆਪਣੇ ਗਰੈਂਡਰ ਨਾਲ, ਜਿੱਦਾਂ ਅਟੈਚ ਕਰ ਸਕਦੇ ਹਾਂ ਆਪਾਂ, ਠੀਕ ਹੈ। ਅਤੇ ਘਰ ਦੇ ਨਿੱਕੇ ਮੋਟੇ ਕੰਮਾਂ ਵਾਸਤੇ ਬਹੁਤ ਵਧੀਆ ਚੀਜ਼ ਹੈ, ਇੱਕ ਬਹੁਤ ਵਧੀਆ ਟੂਲ ਹੈ। ਅਤੇ ਬਾਕੀ ਯੂਜ਼ ਨਹੀਂ ਕਰਕੇ ਵੇਖਿਆ ਮੈਂ ਅਜੇ ਤੱਕ, ਅਤੇ ਆਪਾਂ ਇਹਨੂੰ ਚਲਾ ਕੇ ਵੇਖਦੇ ਹਾਂ, ਯੂਜ਼ ਕਰਦੇ ਹਾਂ। ਜਿਹੜੀ ਪਹਿਲੀ ਵੀਡੀਓ ਸੀਗੀ ਉਹਦੇ ਵਿੱਚ ਮੈਂ ਜਿਹੜਾ ਇਹਨੂੰ ਪੂਰਾ ਅਸੈਂਬਲ ਕਰਕੇ ਵਿਖਾਇਆ ਕਿੱਦਾਂ ਅਸੈਂਬਲ ਕਰਨਾ, ਪ੍ਰਾਈਜ਼ ਵਗੈਰਾ ਵੀ ਦੱਸਿਆ ਹੋਇਆ ਕਿ 700-800 ਰੁਪਏ ਦਾ ਮਿਲ ਜਾਂਦਾ ਇਕੱਲਾ ਅਡੈਪਟਰ, ਠੀਕ ਹੈ। ਗਰੈਂਡਰ ਜੇ ਤੁਹਾਡੇ ਕੋਲ ਹੈਗਾ, ਛੋਟਾ ਹੈ ਵੱਡਾ, ਇਹਦੇ 'ਚ ਜਿਹੜਾ ਮਰਜ਼ੀ ਤੁਸੀਂ ਅਟੈਚ ਕਰ ਸਕਦੇ ਹੋ। ਇਹਦੇ ਨਾਲ ਆਪਸ਼ਨ ਆਉਂਦੇ ਆ ਗੇਅਰਸ ਦੇ, ਉਹ ਤੁਹਾਨੂੰ ਉਸ ਵੀਡੀਓ 'ਚ ਪਤਾ ਲੱਗ ਗਿਆ ਹੋਊਗਾ, ਜਾਂ ਜਿਹਨੇ ਨਹੀਂ ਵੇਖੀ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਾਂਗਾ, ਉਹ ਵੀਡੀਓ ਵੇਖ ਲਿਓ। ਅਤੇ ਫਿਲਹਾਲ ਆਪਣੇ ਕੋਲ ਆਏ, ਪਰ ਇਹ ਜਿਹੜਾ ਇਹ ਲਾਈਟ 'ਤੇ ਚੱਲਦਾ, ਜਿੱਦਾਂ ਗਰੈਂਡਰ ਇਹ ਲਾਈਟ 'ਤੇ ਚੱਲੂਗਾ, ਆਪਣੇ ਕੋਲ ਬੈਟਰੀ ਵਾਲਾ ਗਰੈਂਡਰ ਨਹੀਂ ਗਾ। ਅਤੇ ਜਿਹੜਾ ਚੈਨਸੋ ਵੈਸੇ ਆਉਂਦਾ ਉਹ ਇੰਜਨ ਵਾਲਾ ਆਉਂਦਾ, ਠੀਕ ਹੈ। ਨੋਰਮਲ ਜੇ ਆਪਾਂ ਚੈਨਸੋ ਲੈਂਦੇ ਹਾਂ, ਜਿੱਦਾਂ ਕੋਈ ਲੱਕੜਾਂ ਲੁੱਕੜਾਂ ਵੱਢਣ ਜਾਂਦੇ ਨੇ, ਉਹ ਤਾਂ ਇੰਜਨ ਵਾਲੇ ਲੈਂਦੇ, ਕਿਉਂਕਿ ਲਾਈਟ ਮਿਲਦੀ ਨਹੀਂ, ਫਿਰ ਉਹ ਇੰਜਨ 'ਤੇ ਚੱਲਦਾ। ਪਰ ਆਪਣੇ ਕੋਲ ਇੱਦਾਂ ਲਾਈਟ ਵਾਲਾ, ਅਤੇ ਜਿਵੇਂ ਹੁਣ ਆਪਾਂ ਘਰ ਤੋਂ ਬਾਹਰ ਜਿਵੇਂ ਕੋਈ ਚੀਜ਼ ਵੱਢਣੀ ਹੈ, ਅਤੇ ਜਾਂ ਤਾਂ ਆਪਾਂ ਨੂੰ ਤਾਰ ਲੰਮੀ ਪਾਉਣੀ ਪਊਗੀ, ਠੀਕ ਹੈ, ਜੋੜ ਜਾੜ ਕੇ। ਅਤੇ ਇਸ ਕਰਕੇ ਆਪਾਂ ਛੋਟਾ ਇੱਕ ਜਗਾੜ ਲਾਉਣ ਲੱਗੇ ਹਾਂ, ਠੀਕ ਹੈ। ਵੇਖਦੇ ਹਾਂ ਕਿੰਨਾ ਕੁ ਚਿਰ ਚੱਲਦਾ, ਮੇ ਵੀ ਚੱਲਣਾ ਤਾਂ ਚਾਹੀਦਾ। ਅਤੇ ਉਹਦੇ ਲਈ ਆਪਾਂ ਯੂਜ਼ ਕਰਨ ਲੱਗੇ ਹਾਂ ਇੱਕ UPS ਕੰਪਿਊਟਰ ਵਾਲਾ, ਠੀਕ ਹੈ, ਕਿਉਂਕਿ ਨੋਰਮਲੀ ਉਹ ਵੀ ਇੱਕ ਇਨਵੈਟਰ ਹੀ ਹੁੰਦਾ ਕੰਪਿਊਟਰ ਨੂੰ ਚਲਾਉਂਦਾ ਜਿਹੜਾ। ਅਤੇ ਪਹਿਲਾਂ ਆਪਾਂ ਵੇਖ ਲੈਂਦੇ ਆਪਣੇ ਕੋਲ UPS, ਠੀਕ ਹੈ ਜੀ। ਅਤੇ ਹਾਂ ਜੀ, ਆਪਣੇ ਕੋਲ ਇਨਟੈਕਸ ਦਾ UPS ਹੈ, ਠੀਕ ਹੈ। ਹੁਣ ਜੇ ਕੰਪਿਊਟਰ ਤੋਂ ਲਾਇਆ, ਯਾਨੀ ਕਿ ਫੁੱਲ ਚਾਰਜ ਹੋਊਗਾ ਸ਼ਾਇਦ ਤੱਕ, ਪੱਕਾ ਨਹੀਂ ਮੈਨੂੰ ਪਤਾ, ਬਾਕੀ ਯੂਜ਼ ਕਰਕੇ ਵੇਖ ਲੈਂਦੇ ਆਪਾਂ, ਠੀਕ ਹੈ। ਅਤੇ ਕੰਪਿਊਟਰ 'ਤੇ ਜਿੱਦਾਂ ਕਿ UPS 10 ਕੁ ਮਿੰਟ ਕਹਿੰਦੇ ਆ ਵੀ ਕੰਪਿਊਟਰ ਚੱਲ ਜਾਂਦਾ UPS 'ਤੇ, ਅਤੇ ਵੇਖਦੇ ਹਾਂ ਵੀ ਗਰੈਂਡਰ ਕਿੰਨਾ ਗੁਜ਼ਰ ਚੱਲਦਾ, ਇੱਕ ਚੱਕਰ ਦਿੰਦਾ ਕਿ ਦੋ, ਠੀਕ ਹੈ। ਮੈਂ ਉਮੀਦ ਹੈ ਵੀ ਸਟਾਰਟ 'ਤੇ ਹੋਊਗਾ ਚੱਲ ਇੱਕ ਵਾਰੀ, ਬਾਕੀ ਜੋ ਵੀ ਹੁੰਦਾ ਅੱਗੇ ਤੁਹਾਨੂੰ ਪਤਾ ਲੱਗ ਜੂਗਾ। ਉਹ ਸਾਹਮਣੇ ਪਈ ਆਪਣੀ ਲੱਕੜ, ਇਹਨੂੰ ਆਪਾਂ ਵੱਢਾਂਗੇ UPS ਨਾਲ ਕਨੈਕਟ ਕਰਕੇ, ਠੀਕ ਹੈ। ਫਿਲਹਾਲ ਕਿਸੇ ਵੀ ਆ ਵੇਖੋ ਤੁਸੀਂ, UPS ਦੀ ਤਾਰ ਹੈ ਇੱਥੇ ਲਾਗੇ ਤੱਕ, ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਤਾਰਦਾ ਅਜੇ। ਇਸ ਕਰਕੇ ਜਿੱਦਾਂ ਘਰੋਂ ਬਾਹਰ ਹਾਂ, ਇੱਥੇ ਆਪਾਂ ਤਾਰ ਨਹੀਂ ਪਾ ਸਕਦੇ। ਵੇਖਦੇ ਹਾਂ UPS 'ਤੇ ਕਿੰਨਾ ਚਿਰ ਚੱਲਦਾ, ਬਾਅਦ 'ਚੋਂ ਨਹੀਂ ਤਾਂ ਫਿਰ ਤਾਰ ਲੰਮੀ ਪਾ ਕੇ ਅਤੇ ਵੱਢਾਂਗੇ ਲੱਕੜ, ਨਾਲੇ ਟੈਸਟ ਕਰਦੇ ਹਾਂ ਆਪਣਾ ਨਵਾਂ ਚੈਨਸੋ ਅਡੈਪਟਰ ਕਿੱਦਾਂ ਦਾ ਕਾਮਯਾਬ ਹੈ ਜਾਂ ਕੀ ਸਿਸਟਮ ਹੈ। ਇਹਦੇ ਵਿੱਚ ਆਇਲ ਵਗੈਰਾ ਕੋਈ ਨਹੀਂ ਪਾਇਆ ਹਜੇ ਆਪਾਂ, ਠੀਕ ਹੈ। ਨੋਰਮਲੀ ਆ ਕਹਿੰਦੇ ਡੱਬੀ ਦਿੱਤੀ ਹੋਈ ਹੈ, ਜਿੱਦਾਂ ਕਿ ਜਿਹੜੀ ਚੈਨ ਹੈ ਉਹ ਜਿੱਦਾਂ ਸੁੱਕੀ ਨਾ ਚੱਲੇ, ਪਰ ਫਿਲਹਾਲ ਆਪਾਂ ਐਵੇਂ ਚਲਾਉਂਦੇ ਹਾਂ। ਅਤੇ ਇਹਨੂੰ ਕਰ ਲੈਂਦੇ ਹਾਂ ਅਟੈਚ, ਇਹਨੂੰ ਬਹੁਤ ਹੀ ਧਿਆਨ ਨਾਲ ਅਟੈਚ ਕਰਨਾ, ਕਿਉਂਕਿ ਪਹਿਲੀ ਵਾਰ ਜਦੋਂ ਮੈਂ ਚਲਾਇਆ ਸੀ ਨਾ ਚੈਨਸੋ, ਅਤੇ ਮੈਂ ਡਰ ਡਰ ਕੇ ਚਲਾਇਆ ਸੀ, ਮੈਂ ਕਿਹਾ ਕੋਈ ਸਾਲੀ ਚੈਨ ਚੂਣੀ ਨਾ ਬਾਹਰ ਆ ਜਾਵੇ। ਅਤੇ ਆਪਾਂ ਬਟਨ ਨੱਪ ਲੈਂਦੇ ਹਾਂ, ਲਓ ਜੀ ਮੁੱਕ ਤਾਂ ਔਨ ਹੋ ਚੁੱਕਿਆ। ਹੁਣ ਵੇਖਦੇ ਹਾਂ ਵੀ ਕਿੰਨਾ ਚਿਰ ਚੱਲਦਾ। ਬਸ ਇੰਨਾ ਚਿਰ ਹੀ ਸੀ, ਪਾਵਰ ਛੱਡ ਗਿਆ, ਕੀ ਹੋ ਗਿਆ। ਅਤੇ ਲਓ ਜੀ, ਪਹਿਲਾਂ ਉਹ ਜਿੱਦਾਂ ਲੱਕੜ ਉਹ ਵੱਢਣ ਲੱਗੇ ਸੀਗੇ, ਪਰ UPS 'ਤੇ ਤੁਸੀਂ ਵੇਖ ਹੀ ਲਿਆ ਕਿੰਨਾ ਕੁ ਚਿਰ ਚੱਲਿਆ ਗਰੈਂਡਰ, ਜਿਹੜਾ ਇਨਵੈਟਰ 'ਤੇ ਨਹੀਂ ਚੱਲਦਾ ਹੈ ਉਹਨੂੰ ਆਪਾਂ UPS 'ਤੇ ਚਲਾਉਂਦਾ ਹਾਂ। ਪਰ ਚਲੋ ਪੰਗੇ ਲੈਣੇ ਆਪਣਾ ਜਨਮ ਸਿੱਧ ਅਧਿਕਾਰ ਹੈ, ਪੰਗਾ ਲੈ ਕੇ ਵੇਖ ਲਿਆ ਆਪਾਂ ਵੀ 1 ਮਿੰਟ ਮਸਾਂ ਗਿੜਦਾ ਹੀ ਹੈ ਗਰੈਂਡਰ, ਉਸ ਤੋਂ ਬਾਅਦ ਬੰਦ, UPS 'ਤੇ ਕੋਈ ਫਾਇਦਾ ਨਹੀਂ। ਅਤੇ ਇਹ ਆਈਡੀਆ ਡਰੋਪ ਕੀਤਾ, ਫਿਰ ਤਾਰ ਆਪਾਂ ਪਾ ਲਈਏ ਜੀ, ਉੱਧਰੋਂ ਕੰਧ ਟੱਪ ਕੇ ਆਪਾਂ ਤਾਰ ਲੈ ਆਇਆ ਲਾਗੇ ਸ਼ੂਹ ਦੇ, ਅਤੇ ਚੈਨਸੋ ਇੱਥੇ ਪਿਆ ਆਪਣਾ। ਇੱਕ ਲੱਕੜ ਪਹਿਲਾਂ ਚੱਕ ਲੈਣੇ, ਇਹਨੂੰ ਕਰਦੇ ਹਾਂ ਚੈੱਕ, ਅੱਡੋ ਅੱਡ ਤਰ੍ਹਾਂ ਦੀਆਂ ਲੱਕੜਾਂ ਨੇ, ਤਾਂ ਪਤਾ ਨਹੀਂ ਮੈਨੂੰ ਕਿਹੜੀ ਹੈ, ਕੋਈ ਟਾਲੀ ਦੀ, ਕੋਈ ਨਿੰਮ ਹੈ, ਕੋਈ ਹੋਰ ਵੀ ਹੋ ਸਕਦੀ ਹੈ, ਕੁਛ ਨਹੀਂ ਕਹਿ ਸਕਦੇ। ਅਤੇ ਆਪਾਂ ਸਾਰੀਆਂ ਟੈਸਟ ਕਰਾਂਗੇ, ਫਿਲਹਾਲ ਜੇ ਮੈਂ ਚੈੱਕ ਵੀ ਨਹੀਂ ਕੀਤਾ ਵੀ ਪਾਵਰ ਆ ਰਹੀ ਹੈ ਕਿ ਨਹੀਂ, ਫਿਲਹਾਲ ਇੱਕ ਵਾਰੀ ਉਹ ਚੈੱਕ ਕਰਦੇ ਹਾਂ ਆਪਾਂ। ਲਾਈਟ ਨਹੀਂ ਆ ਰਹੀ, ਉਹ ਚੱਲ ਪਈ, ਡਰਾ ਤਾਂ ਜੀ ਦੱਸ ਤਾਂ ਦਿੰਦਾ ਫਿਰ। ਲਓ ਜੀ ਚੈਨਸੋ ਆਪਣਾ ਚੱਲ ਚੁੱਕਿਆ, ਹੁਣ ਕਰ ਲੈਣੇ ਆਪਾਂ ਇਹਨੂੰ ਚੈੱਕ, ਠੀਕ ਹੈ ਜੀ। ਚਲੋ ਜੀ ਮੇਰੇ ਵੀਰੋ, ਕਰੀਏ ਸ਼ੁਰੂ ਫਿਰ, ਇੱਕ ਪਾਸੇ ਸ਼ੁਰੂ ਕਰਦੇ ਆਪਾਂ। ਬਹੁਤ ਹੀ ਸਫਾਈ ਨਾਲ ਕੰਮ ਕੀਤਾ ਗਿਆ,
ਆਹ ਲਓ ਜੀ ਫਿਨਿਸ਼ਿੰਗ ਵੇਖ ਲਓ ਤੁਸੀਂ ਲੱਕੜ ਆਪਣੇ ਦੀ ਅਤੇ ਇਸ ਤਰ੍ਹਾਂ ਕੱਟ ਦਿੰਦੀ ਹੈ ਜੀ ਲਓ ਜੀ ਹੁਣ ਕਬਾੜੀ ਕੁੜੀ ਨਾਲ ਪੰਗੇ ਲੈਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਜਿਹੜੇ ਮਾੜੇ ਮੋਟੇ ਲੱਕੜਾਂ ਬਸ ਕੱਟਣੀਆਂ ਟੇਢਾ ਵੀ ਚੈੱਕ ਕਰਕੇ ਵੇਖ ਲਈਏ ਟੇਢੀ ਕੱਟਦੀ ਕਿ ਨਹੀਂ ਵੀੜੇ ਸਾਰੇ ਭਰਤੇ ਆ ਕਿਉਂਕਿ ਆਪਾਂ ਇਹਦਾ ਕਵਰ ਨਹੀਂ ਲਾਇਆ ਜਿਹੜਾ ਇਹਦੇ ਅੱਗੇ ਕਵਰ ਹੁੰਦਾ ਜਿਹੜਾ ਕਿ ਜਿੱਦਾਂ ਲੱਕੜ ਨੂੰ ਉੱਤੇ ਸੁੱਟਣ ਤੋਂ ਬਚਾਉਂਦਾ ਉਹ ਨਹੀਂ ਲੱਗਾ ਹੋਇਆ ਸੀ ਅਤੇ ਆਹ ਤੁਸੀਂ ਵੇਖ ਸਕਦੇ ਹੋ ਜੀ ਇਹਦੀ ਸਫਾਈ ਟੇਢਾ ਵੀ ਨੇ ਬਿਲਕੁਲ ਸਹੀ ਕੱਟੀ ਹੈ ਲੱਕੜ ਅਤੇ ਹਾਲਾਂਕਿ ਥੋੜ੍ਹੀ ਜਿਹੀ ਜਿੱਦਾਂ ਐਂ ਲੱਗਦਾ ਚੈਨ ਢਿੱਲੀ ਠੀਕ ਹੈ ਇਹਨੂੰ ਵੇਖਣਾ ਪੈਂਦਾ ਥੋੜ੍ਹਾ ਜਿਵੇਂ ਢਿੱਲੀ ਹੋ ਗਈ ਇਹਨੂੰ ਆਪਾਂ ਕੱਸ ਲਵਾਂਗੇ ਤਾਂ ਕੋਈ ਵੱਡੀ ਖਾਸ ਚੱਕਰ ਨਹੀਂਗਾ ਪਰ ਵੈਸੇ ਕੰਮ ਬਹੁਤ ਵਧੀਆ ਕਰ ਰਿਹਾ ਹੁਣ ਸਹੀ ਚੱਲ ਰਿਹਾ ਥੋੜ੍ਹੀ ਜਿਹੀ ਚੈਨ ਹੋ ਗਈ ਢਿੱਲੀ ਇਹਨੂੰ ਵੀ ਆਪਾਂ ਕੱਸ ਲਵਾਂਗੇ ਕਿਉਂਕਿ ਹਜੇ ਪਹਿਲੀ ਵਾਰੀ ਚੱਲੀ ਹੈ ਨਾ ਅਤੇ ਨਾ ਢੋਸਾ ਥੋੜ੍ਹੇ ਢਿੱਲੇ ਰਹਿ ਗਏ ਹੁਣ ਅਤੇ ਲਓ ਜੀ ਚੈਨ ਕੱਸਣ ਤੋਂ ਬਾਅਦ ਵੇਖ ਲਿਆ ਤੁਸੀਂ ਚਲਾ ਕੇ ਤੁਹਾਨੂੰ ਵਿਖਾਤਾ ਮੈਂ ਅਤੇ ਬਾਕੀ ਠੀਕ ਹੈ ਓਵਰਆਲ ਕਰਦੇ ਨਿੱਕੇ ਮੋਟੇ ਕੰਮਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੇ ਮਾੜੀ ਮੋਟੀ ਲੱਕੜ ਵੱਢਣੀ ਹੈ ਉਹਦੇ ਵਾਸਤੇ ਹੀ ਹੈ ਹੁਣ ਜੇ ਬੰਦਾ ਕਵੇ ਵੀ ਮੈਂ ਆਹ ਚੈਨ ਸੋ ਲੈ ਕੇ ਤੇ ਆਪਦਾ ਆਰਾ ਪਾ ਲਾਂ ਅਤੇ ਉਹ ਕੰਮ ਤਾਂ ਨਹੀਂ ਤਾਂ ਆਪਾਂ ਕਰ ਸਕਦੇ ਇਹ ਤਾਂ ਸਿੰਪਲੀ ਮਾੜੇ ਮੋਟੇ ਘਰ ਦੇ ਕੰਮਾਂ ਵਾਸਤੇ ਹੈਗਾ ਅਤੇ ਜੇ ਕਿਸੇ ਨੇ ਔਨਲਾਈਨ ਲੈਣਾ ਉਹਦਾ ਲਿੰਕ ਵੀ ਚਲੋ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗਾ ਅਤੇ ਜੇ ਕੋਈ ਵੀ ਰੈਲਾਂ ਬਾਅਦ ਦਾ ਹੈਗਾ ਠੀਕ ਹੈ ਉਹ ਵੀਡੀਓ ਵੇਖਣ ਦਿਆ ਉਹਨੇ ਜੇ ਖਰੀਦਣਾ ਹੈ ਤਾਂ ਮੈਨੂੰ ਕਮੈਂਟਾਂ 'ਚ ਦੱਸ ਦਿਓ ਮੈਂ ਸ਼ੋਪ ਤੁਹਾਨੂੰ ਦੱਸ ਦਾਂਗਾ ਨਹੀਂ ਤਾਂ ਨੈਕਸਟ ਆਉਣ ਵਾਲੇ ਵਲੋਗ 'ਚ ਤੁਹਾਨੂੰ ਮੈਂ ਸ਼ੋਪ ਵਿਖਾ ਦਾਂਗਾ ਪਹਿਲਾਂ ਬਾਅਦ 'ਚ ਮੈਨੂੰ ਲੱਗਦਾ ਇੱਕ ਹੀ ਸ਼ੋਪ ਹੋਊਗੀ ਜਿੰਨਾ ਮੈਨੂੰ ਪਤਾ ਬਾਕੀ ਹੋ ਵੀ ਸਕਦਾ ਉਹ ਇੱਕ ਹੀ ਸ਼ੋਪ ਹੋਵੇ ਜਿਹਦੇ 'ਤੇ ਤੁਹਾਨੂੰ ਆਹ ਮਿਲੂਗਾ ਇਹ ਵੀ ਮੈਂ ਪਹਿਲਾਂ ਹੀ ਕਿਹਾ ਸੀ ਉਹਨਾਂ ਨੂੰ ਵੀ ਮੈਨੂੰ ਚਾਹੀਦਾ ਤਾਂ ਉਹਨਾਂ ਨੇ ਜਿਹੜਾ ਮੈਨੂੰ ਮੰਗਾ ਕੇ ਦਿੱਤਾ ਸੀ ਮੈਂ ਵੀ ਉਹਨਾਂ ਕੋਲ ਹੋਰ ਪੀਸ ਪਏ ਹੋਣਗੇ ਅਤੇ ਇਸ ਕਰਕੇ ਬਾਕੀ ਤੁਹਾਨੂੰ ਅੱਗੇ ਦੱਸ ਦਾਂਗਾ ਮੈਂ ਜੇ ਕਿਸੇ ਨੂੰ ਚਾਹੀਦਾ ਹੋਇਆ ਠੀਕ ਹੈ ਜੀ ਉਹ ਜੀ ਇੱਕ ਹੋਰ ਚੀਜ਼ ਵਿਖਾ ਦਿੰਦਾ ਤੁਹਾਨੂੰ ਸੰਡੇ ਰਾਈਡ ਸੀ ਅੱਜ ਜਿੱਦਾਂ ਆਪਾਂ ਤਾਂ ਗਏ ਨਹੀਂ ਘੁੰਮਣ ਵਾਸਤੇ ਠੀਕ ਹੈ ਪਰ ਜਿਹੜਾ ਬੰਦਾ ਮੇਨ ਸੀ ਆਪਣਾ ਉਹ ਇੱਥੇ ਪਹੁੰਚ ਚੁੱਕਿਆ ਹੈ ਉਹ ਵੇਖੋ ਜੀ ਇਹ ਵੀ ਆਈ ਪੀ ਐਂਟਰੀ ਮਾਰੂਗਾ ਹੁਣ ਹਾਂ ਲੈ ਲੈ ਅੱਗੇ ਖਾਲੀ ਟਪਾ ਕੇ ਸਿੱਧਾ ਹੀ ਲੈ ਆ ਇੱਥੇ ਪੰਗਾ ਲੈ ਆਉਂਦੇ ਹਾਂ ਹਾਂ ਇਹ ਕੀ ਕਹਿੰਦੇ ਮੁਆਇਨਾ ਕਰਨ ਆਏ ਨੇ ਅਫਸਰ ਮੰਗਾਏ ਅਸੀਂ ਪਹਿਲਾਂ ਵਾਰ ਤੋਂ ਤੂੰ ਜ਼ਬਰਦਸਤੀ ਦੀ ਫੜਨ ਦੇ ਚੀਜ਼ ਤਰ ਦੇ ਥੱਲੇ ਕਟਰ ਹੀ ਨੇ ਛੋਟੇ ਛੋਟੇ ਬਲੇਡ ਨੇ ਧਿਆਨ ਤੂੰ ਆਪਦੇ ਕਟਾ ਹਾਂ ਟੇਡੇ ਮੇਡੇ ਨੇ ਲਓ ਜੀ ਇਹ ਹੱਥ ਤੋਂ ਬਚਾ ਕੇ ਬਹੁਤ ਜ਼ਿਆਦਾ ਹੌਲੀ 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 ਬੰਦ ਕਰਦੇ ਕੁੜੀ ਤੂੰ ਹੱਥ ਫੜਾਏਗਾ ਤੂੰ ਨਾ ਕਰਨ ਵਾਲਾ ਕੰਮ ਕਰ ਲੋ ਕੀ ਹੋ ਰਿਹਾ ਇਹ ਇਹਨੇ ਆਉਂਦੇ ਹੀ ਡੰਡ ਲਾਉਣੀ ਹੁੰਦੀ ਹੈ ਆਉਂਦੇ ਹੀ ਜਲੂਸ ਕੱਢਤਾ ਉਹ ਰੱਖੀ ਪਾਗਲੇ ਤੂੰ ਇਹ ਤੂੰ ਭੈਣ ਚੋ ਤੂੰ ਤੇ ਉਹ ਸਮਝਿਆ ਵੀ ਓਏ ਲ
लो जी हो चुके है अपनी वीडियो अज का ब्लॉग कंप्लीट हो चुका है ते आइटमां तुसी वेख लो ते बहुत ही सोहणा सानू सलाह दित्ती अर्श ने ते कहिंदा वी चांस आ गया अपने कोल हुण जिहड़ा असीं स्मगलिंग शुरू कर देनी है नाली तो जिन्ने भैंज बूटे ने कोई नहीं छड़ना कहिंदा वी आकाशा पा लैणा आपां टुटे आ ते मैं कहना अपने कोल चांस आ चुका है हुण आपां जिहड़ी लकड़ां स्मगलिंग शुरू कर देनी है ठीक है बहुत जल्दी मिलदे आ पहली अपने जिहड़ा इक ट्राली पर ते अपां अगली ट्राली छेती भरांगे लकड़ां दी ते फिर वेहने जी अगे की बनदा।